ਉਹਨਾਂ ਵਾਸਤੇ ਉਹੋ ਹੀ ਗਾਣਾ ਪਿਛਾ ਮੋੜ ਵੇ ਮਾਇਆ ਤੇਰੀ ਲੋੜ ਪੈ ਗਈ ਮਾਸ਼ਾਅੱਲਾ ਚੈੱਕ ਕਰੋ ਆ ਚੀਜ਼ ਜਿਹੜੀ ਏ ਦਰਵਾਜ਼ੇ ਦੀ ਤਿਆਰ ਹੋ ਗਈ ਰੋਸ਼ਨੀ ਇਤਨੀ ਜ਼ਿਆਦਾ ਨਹੀਂ ਸਫਾਈ ਵਗੈਰਾ ਇਹ ਕਰਾਣੀ ਵਾਲੀ ਹੈ ਇਨਸ਼ਾਅੱਲਾ ਜਿਸ ਟਾਈਮ ਇਸ ਦੇ ਅੰਦਰ ਸਫਾਈ ਕੀਤੀ ਕਾਰਪਟ ਵਗੈਰਾ ਜਾਂ ਕੋਈ ਚੀਜ਼ ਡਾਲੀ ਗਈ ਉਹ ਵੀ ਦਨ ਜਿਹੜਾ ਨਾਲ ਨਾਲ ਦਿਖਾ ਸਕਦਾ ਅਸਲਾਮੁ ਅਲੈਕੁਮ ਯੂ ਆਰ ਵਾਚਿੰਗ ਨੁਮਾਨ ਫੈਜ਼ ਅਫੀਸ਼ੀਅਲ ਐਂਡ ਆਈ ਐਮ ਅ ਵਲੌਗਰ ਵੈਲਕਮ ਟੂ ਮਾਈ ਚੈਨਲ ਅਸਬੇ ਵਾਦਾ ਅਸਬੇ ਤੌਫੀਕ ਦਨ ਇੱਕ ਦਿਨ ਆਖਿਆ ਸੀ ਕਿ ਦਨ ਬੇਸਮੈਂਟ ਵਿਖਾਵਾਂਗਾ ਬੇਸਮੈਂਟ ਬਣਾਉਣ ਦਾ ਮਕਸਦ ਕੀ ਬੇਸਮੈਂਟ ਸਾਡਾ ਜਿਹੜਾ ਉਹ ਪਾਰਟੀ ਵਾਸਤੇ ਫੈਮਿਲੀ ਫੰਕਸ਼ਨ ਵਾਸਤੇ ਫੈਮਿਲੀ ਰੀਯੂਨੀਅਨ ਵਾਸਤੇ ਯਾਨੀ ਫੈਮਿਲੀ ਦਾ ਇਕੱਠ ਵਾਸਤੇ ਬਣਾਇਆ ਗਿਆ ਤਾਂ ਕਿ ਇਸ ਨੂੰ ਡੈਕੋਰੇਟ ਕਰਕੇ ਇਸ ਤਰ੍ਹਾਂ ਬਣਾਇਆ ਜਾਏ ਤਾਂ ਕਿ ਫੈਮਿਲੀ ਦੇ ਅੰਦਰ ਜੋ ਵੀ ਦਾਵਤ ਵਗੈਰਾ ਸਿਸਟਮ ਵਗੈਰਾ ਜਾਂ ਫੰਕਸ਼ਨ ਵਗੈਰਾ ਹੋਵੇ ਉਹ ਥੱਲੇ ਅਸੀਂ ਬੇਸਮੈਂਟ ਦੇ ਅੰਦਰ ਉਸ ਦਾ ਸਿਸਟਮ ਰੱਖ ਸਕੀਏ ਤਾਂ ਇਨਸ਼ਾਅੱਲਾ ਜਿਹੜਾ ਉਹ ਚੱਲਦੇ ਆ ਥੱਲੇ ਦਨ ਬੇਸਮੈਂਟ ਦਾ ਸਿਸਟਮ ਵਿਖਾਉਂਦੇ ਆ ਸਾਡੀਆਂ ਸੀੜੀਆਂ ਦਾ ਪਤਾ ਕਿ ਉਤਾਂ ਜਾਣੀਆਂ ਐਗਜ਼ੈਕਟ ਇਹਨਾਂ ਸੀੜੀਆਂ ਦੇ ਨੀਚੇ ਆਹ ਸੀੜੀਆਂ ਉਤਰ ਰਹੀਆਂ ਜਿਹੜੀਆਂ ਕਿ ਸਾਡੀ ਬੇਸਮੈਂਟ ਨੂੰ ਜਾ ਰਹੀਆਂ ਅਤੇ ਨੀਚੇ ਚੱਲਦੇ ਹਾਂ ਅਤੇ ਇਨਸ਼ਾਅੱਲਾ ਜਿਹੜਾ ਉਹ ਦਨ ਬੇਸਮੈਂਟ ਦਾ ਵੀ ਨਜ਼ਾਰਾ ਕਰਾਉਂਦੇ ਹਾਂ ਥੋੜ੍ਹਾ ਸਾਰਾ ਅੰਧੇਰਾ ਹੋਣਾ ਉਹ ਜਿਹੜਾ ਐਡਜਸਟ ਕਰ ਲਵਿਆ ਜੇ ਆਹ ਆ ਗਈ ਸਾਡੀ ਬੇਸਮੈਂਟ ਬੇਸਮੈਂਟ ਦੇ ਅੰਦਰ ਕੀ ਸੇਮ ਉਹ ਉੱਤੇ ਜਿਵੇਂ ਦੀਵਾਰਾਂ ਨੂੰ ਹੀ ਦੀਵਾਰਾਂ ਉਸ ਤੋਂ ਬਾਅਦ ਜਿਹੜਾ ਮੇਨ ਬੋਰਡ ਹੋ ਗਿਆ ਜਾਈ ਤਾਂ ਬੋਰਡ ਲੱਗ ਜਾਣਗੇ ਬਟਨ ਥੋੜ੍ਹੀ ਸਾਰੀ ਜਿਹੜੀ ਉਹ ਇੱਕੋ ਜ਼ਿਆਦਾ ਹੋ ਗਈ ਹੋਣੀ ਹੈ ਥੋੜ੍ਹੀ ਸਾਰੀ ਆਵਾਜ਼ ਮੇਰੀ ਬਾਰੀ ਬਾਰੀ ਲੱਗ ਰਹੀ ਹੋਣੀ ਹੈ ਉਹ ਇਸ ਵਜ੍ਹਾ ਤੋਂ ਕਿ ਅਗਰ ਬਿਲਕੁਲ ਖਾਲੀ ਪਿਓ ਹੈ ਤਾਂ ਸਤਹ ਜ਼ਮੀਨ ਦੇ ਨੀਚੇ ਅਗਰ ਆਵਾਜ਼ ਜ਼ਿਆਦਾ ਭਾਰੀ ਹੈ ਥੋੜ੍ਹੀ ਸਾਰੀ ਐਡਜਸਟ ਕਰ ਲਵੇ ਆਵਾਜ਼ ਥੋੜ੍ਹੀ ਸਲੋ ਕਰ ਲਵੇ ਕਿਉਂ ਇੱਥੇ ਆਵਾਜ਼ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ ਕਿਸੇ ਤਰੀਕੇ ਨਾਲ ਇਸ ਜਾਈ ਤਾਂ ਸਾਡੇ ਲੱਗ ਜਾਣੇ ਮੇਨ ਐਂਟਰੀ ਦੇ ਬੋਰਡ ਸੀੜੀਆਂ ਤੋਂ ਥੱਲੇ ਉਤਰਦੇ ਆਈ ਨਾਲ ਹੀ ਆ ਸਾਡੇ ਬੋਰਡ ਪਏ ਹੋਏ ਵੀ ਇਹ ਲਵਾਏ ਕਿਸ ਵਾਸਤੇ ਨੇ ਮੋਸਟਲੀ ਵਜ੍ਹਾ ਤੁਹਾਨੂੰ ਦੱਸਦਾ ਲੇਕਿਨ ਉਸ ਦੇ ਨਾਲ ਤੁਹਾਨੂੰ ਵਿਖਾ ਛੱਡਾਂ ਕਿਹਾ ਹੋ ਕਿ ਸਾਈਡ ਇੱਥੇ ਕੋਈ ਅਲਮਾਰੀ ਜੀ ਅੱਛੀ ਜੀ ਅਲਮਾਰੀ ਬਣ ਜਾਂਦੀ ਜਿਸ ਦੇ ਅੰਦਰ ਜਿਹੜਾ ਉਹ ਪਾਰਟੀ ਫੰਕਸ਼ਨ ਦੇ ਰਿਲੇਟਡ ਤਮਾਮ ਜਿਹੜਾ ਸਮਾਨ ਹੈ ਉਹ ਉਸ ਦੇ ਅੰਦਰ ਇੰਸਟਾਲ ਹੋ ਜਾ ਸੀਦਾ ਸਾਥ ਹੀ ਦਾ ਨਜ਼ਰ ਆ ਰਿਹਾ ਹੋਣਾ ਆਹ ਜਿਹੜੀ ਜਗ੍ਹਾ ਬਣੀ ਹੋਈ ਇੱਧਰ ਵੀ ਇੱਕ ਬੋਰਡ ਲਾਇਓ ਹੈ ਇਸ ਬੋਰਡ ਦਾ ਕੀ ਮਕਸਦ ਹੈ ਇਸ ਬੋਰਡ ਦੇ ਨਾਲ ਅਸੀਂ ਜਿਹੜਾ ਉਹ ਟੀਵੀ ਦੀ ਐਡਜਸਟਮੈਂਟ ਐਲਈਡੀ ਐਲਸੀਡੀ ਐਲਈਡੀ ਜਿਸ ਨੂੰ ਆਪਾਂ ਉਸ ਨੂੰ ਇੰਸਟਾਲ ਕਰ ਸਕਦੇ ਇੱਥੇ ਮਾਸ਼ਾਅੱਲਾ ਵੱਡੀ ਜਿਹੜੀ ਹੈ 45 ਇੰਚ ਦੀ ਜਾਂ ਇਸ ਤੋਂ ਸ਼ਾਇਦ ਵੱਡੀ ਜਿਹੜੀ ਹੈ ਸੋਹਣੀ ਵੱਡੀ ਸਾਰੀ ਦੀਵਾਰ ਨਾਲ ਲੱਗ ਜਾ ਸੀਦੀ ਉਸ ਤੋਂ ਬਾਅਦ ਜਿਹੜਾ ਨੈਕਸਟ ਆ ਤੁਸੀਂ ਵੇਖ ਸਕਦੇ ਹੋ ਸੀੜੀਆਂ ਦੇ ਪਿੱਛੇ ਜਗ੍ਹਾ ਇਨਸ਼ਾਅੱਲਾ ਜਿਹੜੀ ਆ ਸੀੜੀਆਂ ਦੇ ਪਿੱਛੇ ਜਗ੍ਹਾ ਇੱਥੇ ਕੋਸ਼ਿਸ਼ ਕਰ ਸਕਦੇ ਕੋਈ ਅੱਛੀ ਜਿਹੀ ਚੀਜ਼ ਬਣ ਜਾਵੇ ਕਿਉਂ ਕਾਫੀ ਜ਼ਿਆਦਾ ਜਿਹੜੀ ਇਹ ਜਗ੍ਹਾ ਬਾਕੀ ਇਸ ਜਗ੍ਹਾ ਉੱਤੇ ਬੇਸਮੈਂਟ ਵਾਸ਼ਰੂਮ ਵਗੈਰਾ ਇਸ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਉਹ ਇਸ ਵਜ੍ਹਾ ਉੱਤੋਂ ਕਿ ਅਗਰ ਵਾਸ਼ਰੂਮ ਬਣਾਵਗੇ ਤਾਂ ਉਸਦਾ ਪਾਣੀ ਕਿਧਰੇ ਵੀ ਕੱਢਣਾ ਜਿਹੜਾ ਉਹ ਥੋੜ੍ਹਾ ਮੁਸ਼ਕਲ ਹੋ ਜਾਂਦਾ ਸਿਆਪਾ ਪੈ ਜਾਂਦਾ ਇਸ ਵਾਸਤੇ ਉਸਨੂੰ ਬਿਲਕੁਲ ਨੀਟ ਐਂਡ ਕਲੀਨ ਕਰਨਾ ਆਹ ਥੱਲੇ ਉਹਦਾ ਨਜ਼ਰ ਆ ਰਿਹਾ ਹੋਣਾ ਥੱਲੇ ਵਾਲਾ ਮਾਹੌਲ ਜਿਹੜਾ ਉਹ ਗੰਦਾ ਗੰਦਾ ਇਸ ਵਜ੍ਹਾ ਤੋਂ ਕਿ ਇਹਦੇ ਉੱਤੇ ਸਾਡਾ ਦਿਲ ਚੀਨੀ ਦੀ ਟੈਲ ਜਾਂ ਇਸ ਦੇ ਉੱਤੇ ਅੱਛੀ ਜਿਹੀ ਜਿਹੜੀ ਕਾਰਪਟ A1 ਕੁਆਲਿਟੀ ਦੀ ਹੋਵੇ ਵੇਖਿਆ ਮਾਹੌਲ ਬਣ ਜਾਵੇ ਉਹ ਟੋਟਲ ਜਿਹੜੀ ਹੈ ਸਾਡਾ ਦਿਲ ਇੱਥੇ ਕਲੀਨ ਪੁਆ ਦੇਣੀ ਹੈ ਬਾਕੀ ਐਲਈਡੀ ਉੱਥੇ ਹੋ ਗਈ ਆਹ ਪਾਈਪ ਦਾ ਸਾਹਮਣੇ ਨਜ਼ਰ ਆ ਰਿਹਾ ਹੋਣਾ ਇੱਕੋ ਅਤੇ ਇੱਕ ਉਹ ਦਾ ਨੁੱਕਰ ਚ ਪਾਈਪ ਆਹ ਪਾਈਪ ਨਜ਼ਰ ਆ ਰਿਹਾ ਇਸ ਪਾਈਪ ਦਾ ਮਕਸਦ ਕੀ ਇਹ ਪਾਈਪ ਇਸ ਤਹਿਖਾਨੇ ਦੇ ਬੇਸਮੈਂਟ ਵਿੱਚ ਹਵਾ ਦੇ ਇਖਰਾਜ ਵਾਸਤੇ ਰੱਖਿਆ ਗਿਆ ਤਾਂ ਕਿ ਉੱਤੋਂ ਆਕਸੀਜਨ ਫਰੈਸ਼ ਇਸ ਦੇ ਅੱਗੇ ਛੋਟਾ ਸਾਰਾ ਇੱਕ ਪੱਖਾ ਲੱਗ ਸੀਗਾ ਜਿਹੜਾ ਕਿ ਫਰੈਸ਼ ਆਕਸੀਜਨ ਨੀਚੇ ਲੈ ਕੇ ਉਹ ਸੀਗਾ ਤਾਂ ਕਿ ਇਸ ਦੇ ਅੰਦਰ ਸਾਂਸ ਦਾ ਜਿਹੜਾ ਮਸਲਾ ਨਾ ਬਣੇ ਮਜ਼ੀਦ ਇੱਥੇ ਅਸੀਂ ਰੱਖਿਆ ਇਹ ਸਿਸਟਮ ਇੱਥੇ ਖਿੜਕੀ ਰੱਖੀ ਗਈ ਹੈ ਜਿਹੜੀ ਆਊਟਰ ਸਾਈਡ ਆ ਲਈ ਲੇਕਿਨ ਉਹ ਸਤਹ ਜ਼ਮੀਨ ਜਿਹੜੀ ਉਹ ਉੱਚੀ ਹੋ ਗਈ ਹੈ ਜਿਸ ਦੀ ਵਜ੍ਹਾ ਉੱਤੋਂ ਖਿੜਕੀ ਸਾਨੂੰ ਬੰਦ ਕਰਨੀ ਪਈ ਹੈ ਇਸ ਵਕਤ ਸਿਰਫ ਇੱਕ ਮੇਨ ਖਿੜਕੀ ਜਿਹੜੀ ਉਹ ਸਾਹਮਣੇ ਦਾ ਨਜ਼ਰ ਆ ਰਹੀ ਹੈ ਇਹ ਇਸ ਨੂੰ ਹਵਾ ਵਗੈਰਾ ਰੋਸ਼ਨੀ ਵਗੈਰਾ ਪ੍ਰੋਵਾਈਡ ਕਰੇਗੀ ਅਤੇ ਲੇਕਿਨ ਨਾਲ ਜਾਂ ਪਾਈਪ ਜਿਹੜੇ ਨੇ ਬੜੇ ਮਦਦਗਾਰ ਇਸ ਨੂੰ ਸਾਬਤ ਹੋ ਸਕਣ ਅਤੇ ਕਿਉਂ ਕਿਉਂਕਿ ਹਵਾ ਦੇ ਪਾਈਪ ਜਿਹੜੇ ਨੇ ਆਖਰੀ ਮੰਜ਼ਿਲ ਤੋਂ ਸਾਡੇ ਨੀਚੇ ਆ ਰਹੇ ਆਹ ਬਾਕੀ ਲਾਈਟਿੰਗ ਵਗੈਰਾ ਇੱਥੇ ਹੋ ਜਾਏਗੀ ਪੱਖਾ ਲੱਗ ਜਾਵੇਗਾ ਅੱਗੇ ਵੀ ਸੇਮ ਅਤੇ ਇਸ ਲਾਸਟ ਵਾਲੇ ਸੈਕਸ਼ਨ ਵਿੱਚ ਵੀ ਇਹ ਉਹ ਸੇਮ ਚੀਜ਼ ਹੈ ਕਲਰ ਦਾ ਨਜ਼ਰ ਆ ਰਿਹਾ ਹੋਣਾ ਇਹਨੂੰ ਤੇ ਕੋਟ ਕੀਤਾ ਜ਼ਮੀਨ ਦੇ ਅੰਦਰ ਥੱਲੇ ਹੋਣ ਦੀ ਵਜ੍ਹਾ ਉੱਥੇ ਜਿਹੜਾ ਇਸ ਨੂੰ ਇਹ ਪ੍ਰੋਡਕਸ਼ਨ ਪੂਰਾ ਸੁੱਕਿਆ ਨਹੀਂ ਇਹ ਜਿਸ ਤੋਂ ਸੁੱਕ ਜਾਵੇਗਾ ਇਹਦੇ ਉੱਤੇ ਹੋਰ ਕਲਰ ਕਰਾਂਗੇ ਤਾਂ ਕਿ ਇਹ ਸ਼ਾਈਨਿੰਗ ਪਕੜੇ ਇਹ ਪਿਆਰਾ ਹੋ ਜਾਵੇ ਬਾਕੀ ਇਨਸ਼ਾਅੱਲਾ ਇਹ ਤਾਂ ਥੱਲੇ ਬੜੀ ਬਿਹਤਰੀਨ ਜਿਹੀ ਜਿਹੜੀ ਉਹ ਲਿਆਕਤ ਕਾਰਪਟ ਵਗੈਰਾ ਜਾਂ ਕੋਈ ਚੀਜ਼ ਪਾਸਾਂ ਉਹਦਾ ਮਕਸਦ ਕੀ ਹੈ ਪਾਣੇ ਦਾ ਤਾਂ ਕਿ ਇੱਕ ਫੈਮਿਲੀ ਦੀ ਯੂਨੀਅਨ ਹੋ ਜਾਵੇ ਫੈਮਿਲੀ ਦੀ ਦਾਵਤ ਵਗੈਰਾ ਜਾਂ ਫੈਮਿਲੀ ਇਕੱਠੀ ਹੋ ਜਾਂਦੀ ਜਾਂ ਉਸ ਤੋਂ ਇਲਾਵਾ ਬੱਚੇ ਵਗੈਰਾ ਜਿਹੜੇ ਨੇ ਉਹ ਇੱਥੇ ਮਤਲਬ ਕਿ ਖੇਡ ਸਕਦੇ ਨੇ ਰਹਿ ਸਕਦੇ ਨੇ ਨੀਚੇ ਆ ਕੇ ਪਿਆਰੀ ਜੀ ਲੱਗ ਜਾਵੇਗੀ ਬਾਕੀ ਥੱਲੇ ਉਹ ਮਾਹੌਲ ਬਣ ਜਾਵੇਗਾ ਅੰਦਰ ਜਿਹੜਾ A1 ਕਰ ਦੇਵਾਂਗੇ ਲਾਈਟਿੰਗ ਵਗੈਰਾ ਜਿਹੜੀ ਉਹ ਬਿਹਤਰੀਨ ਹੋ ਜਾ ਸੀਦੀ ਇਸ ਤੋਂ ਇਲਾਵਾ ਹੋਰ ਇਸ ਦਾ ਕੋਈ ਮਕਸਦ ਨਹੀਂ ਗਾ ਤੁਸੀਂ ਚੈੱਕ ਕਰ ਰਹੇ ਹੋ ਸੀੜੀਆਂ ਸੀ ਥੱਲੇ ਲਾਹ ਛਿੜਕਣ ਆਹਿਸਤਾ ਆਹਿਸਤਾ ਜਿਹੜੀ ਉਹ ਮੇਰੀ ਇੱਕੋ ਵੀ ਹੁਣ ਠੀਕ ਹੋ ਰਹੀ ਹੋਣੀ ਹੈ ਕਿਉਂ ਥੱਲੇ ਉਹ ਤਾਂ ਆ ਰਿਹਾ ਅਤੇ ਉਹ ਤਾਂ ਜਿਹੜਾ ਉਹ ਇੱਕੋ ਦਾ ਮਸਲਾ ਇਤਨਾ ਨਹੀਂ ਬਣਦਾ ਬਾਕੀ ਇਨਸ਼ਾਅੱਲਾ ਜਿਹੜਾ ਉਹ ਸੀੜੀਆਂ ਤੁਹਾਨੂੰ ਸਾਰਾ ਵਿਖਾ ਦਿੱਤਾ ਜ਼ਿਆਦਾ ਦੇਰ ਜਿਹੜਾ ਹੁਣ ਥੱਲੇ ਰਹਿ ਕੀ ਕਰਨਾ ਕਿਉਂ ਰੋਸ਼ਨੀ ਇਤਨੀ ਜ਼ਿਆਦਾ ਨਹੀਂ
सफाई वगैरह या कराने वाली है इनशाला जिस टाइम इसके अंदर सफाई की कारपेट वगैरह या कोई चीज़ डाली गई वो भी दान जरा दिखा सकते। फिलहाल जरा साढ़े आए रहे दरवाजे का मकैनिक मिस्टर मिस्त्री दरवाजा चेक कराने कितना कर गए आ सुराख दरवाजे के अंदर कर गए दूँ अमने इत सुराख हो गया आ सुराख रहा एक इत सुराख रहा भी सुराख जोड़ा वो थोड़ी देर तक आते हैं करते हैं सारे दरवाजे ने तकरीबन लाख वाली जगह बना गए लाकडाउन लगे मैं चेक कराया हुआ जो रूटीन वाइज सैट लाख वेख दिन बाकी नवे भी चेक करा दें लाख का डिजाइन है साडा दा लाख दरवाजे से चेक कराने इस दरवाजे लाख चेक कराने माशाल्लाह ये इस तरह अंदर चला जाएगा नज़र आ रहा होने का इस तरह इस लाख अंदर टुर जाना आ जी चीज़ है इस जगह पर आई लाख जाएगी चेक करके बताओ माशाल्लाह कैसा लग रहा हले खड़ा नहीं हो सकता क्यों इस कोई पेच नहीं कोई काफला नहीं वजह ये भी कट लगे रख छड़िए वापस क्यों है उन्हें नाप वगैरह वास्ते रखे हो एक बार जो सारा क्लीयर लाख मुकम्मल कर लो उस तो बाद इंशाल्लाह जो दरवाजे लाख जो इंस्टॉल हो जा सकते आदा नगे विखाई गया ड्रिल जी पेच लाने वास्ते बाकी इंशाल्लाह जो अज उम्मीद है दरवाजा तो लाख शुरू कर ले सकते बिजली वाले जड़े ने वो अज कोई नहीं आए छुट्टी तेन कल भी छुट्टी ते आन दो तीन दिन हो गया कोई नहीं आता पर होना वास्ते उ गाने पिछले मुड़ बिमाइया तेरी लौड़ पै गई क्यों साड़ी किचन की जरा वो इलैक्ट्रिसिटी का थोड़ा मसला बनया किचन की जी इलैक्ट्रिसिटी वो सेंटर चो दान जरा सर्कल नज़र आ रहा वो सर्कल सन तोड़ना पौना क्यों तोड़ना पौना क्यों सर्कल के अंदर कनैक्शन इन्होंने को गलत हो गया मिस्त्रियों को सही करना बाकी माशाल्लाह जरा कमरे तैयार न इंशाल्लाह मैं उम्मीद है सून सून बहुत जल्द जरा वह मुकम्मल जरा ए टू जैड बारों लग के बार ला इतों लग के इस दरवाजे तो जरा टोटल जरा अंदर तक विजिट करा सी बेसमेंट जी असं हले डक ली क्यों सा प्लान नहीं बन रहा कि उसके अंदर कारपेट पवाओगे कि चीनी लवाओगे तो तुम मशवरा दो कॉमेंट के अंदर दसो उ कारपेट लवानी चाहिए है कि चीनी की टायर लवानी चाहिए है बाकी आ जरा डब्बा जहा एक नज़र आ रहा जिद तारा मार निकल गई वो ब्लैक एंड येलो हाँ थले उसके बोर्ड है उन्होंने बोर्डा में कनैक्शन किए ना तो उन्होंने उत्तर ढक्कन लगना ढक्कन के लगना वो ही छोटा गिलास 10 रुपए व्डा गिलास 20 रुपए आ जरा छोटा ढक्कन ये लग जाएगा उत्थे इन्हें उत्तर पेंट भी असं जो तकरीबन जो सेम इस करवा लिया क्यों ये थोड़ा वाइट ज्यादा है इस वास्ते जो मुतलका पेंट वो करा लिया बाकी माशाल्लाह जो बड़ा है बड़े ढक्कन उत्तर लग जा सीगा तो इंशाल्लाह वो बड़े साइज वाला दान विखा दें इस वीड्डी जगह उत्ते वो लग जा सी मजीद सा पेंट का काम जो हले भी रहा हाल साढ़े दिनों दीवारा जो माशाल्लाह मुकम्मल हो गई सारिया ही पेंट दियाँ छत जरा वह भी क्लियर है लेकिन छत के अंदर दो तीन पॉइंट रह गए जेडे साडे जोने वाले ने एक पॉइंट आया जी जगह इस उत्ते भी जो इस तरह की पेंट हो सी जिस तरह साइड वाले उत्ते हुई हुई इस तरह की इस जगह उत्ते पेंट होगा पालिश जिसन आखते हैं मजीद ये कि आ जी सेंटर वाली जगह इस जी गुलाई है इस उत्ते भी सेम है पालिश वाला कलर होगा क्यों थोड़ा सर सिंपल लग रहा अगर वो हो जाएगा तो शाइनिंग बन जाए तो बाकी फाइन फैन का जरा पाइप है ये उत्ते हुई हुई वो साइड वाला पैप जो रह गया इंशाल्लाह वो उत्ते भी करानी है हले तो बाकी आई जगह जी सेंटर भी साडा दिल वाइट रही रहे सैड उत्ते आ कलर है इतने थोड़ा सा रह गया पेंट वगैरह तो आ जी डाट तो नज़र आ रही है माशाल्लाह जी सेम उस डाट आ रही क्रासा ने तो इंशाल्लाह जो बाइयरी दरवाज़ा जड़े नु तैयार कर रहे हैं तकरीबन करीब करीब हो गया दरवाज़ा भी विखाने मेन जो ड्राइंग रूम का वो आर का ही तकरीबन जरा रलता मिलता वही साढ़े आल का भी अगर दरवाज़ा तुम वेख जो रूटीन वाइज विलाग वेखते हो आ दरवाज़ा माशाल्लाह जरा वो तैयार हो रहा है इस कलर च दूजी साइड लो गया परल मने दरवाजे तैयार हो गई ये काम हो साडा मुखने वाला कोई नहीं आई ना भाई रन की मेहरबानी हो भाई कित्थो तलक रखते हो गोजरे नाल भी चाक तो भाई गिर गया जिस दिन का यह आए उदन का अल्लाह किया जरा सा काम है ना वो नेड़े लग गया
ਤੇ ਮਾਸ਼ਾਅੱਲਾ ਚੈੱਕ ਕਰੋ ਬਾਕੀ ਜਿਹੜਾ ਇੱਥੇ ਦਰਵਾਜ਼ਾ ਮੇਨ ਜਿਹੜਾ ਅੰਦਰ ਪਿਵਾਦਾ ਲੱਗੇ ਮੈਂ ਵਿਖਾਇਆ ਉਸ ਨੂੰ ਵੀ ਸੇਮ ਇਹੀ ਕਲਰ ਹੋਵੇਗਾ ਇਹ ਜਿਹੜਾ ਹੁਣ ਦਰਵਾਜ਼ਾ ਵਿਖਾਇਆ ਇਸ ਡਰਾਇੰਗ ਰੂਮ ਦੀ ਇਸ ਜਗ੍ਹਾ ਦਾ ਇਸ ਦੇ ਉੱਤੇ ਜਿਹੜਾ ਉਹ ਸ਼ੀਸ਼ਾ ਤੇ ਅੰਦਰ ਗ੍ਰਿਲ ਲਾਸਾਂ ਤੇ ਗ੍ਰਿਲ ਜ਼ਰੂਰੀ ਹੈ ਕਿਉਂਕਿ ਕੋਈ ਵੀ ਮਸਲਾ ਬਣਨ ਲੱਗਿਆ ਪਤਾ ਨਹੀਂ ਲੱਗਦਾ ਗ੍ਰਿਲ ਸੇਫਟੀ ਵਾਸਤੇ ਬਹੁਤ ਜ਼ਰੂਰੀ ਹੁੰਦੀ ਇਨਸ਼ਾਅੱਲਾ ਅੰਦਰ ਲਵਾਣੇ ਜਿਹੜੀ ਲੋਹੇ ਦੀਆਂ ਸਲਾਖਾਂ ਲਵਾਵਾਂਗੇ ਉਸ ਤੋਂ ਬਾਅਦ ਜਿਹੜਾ ਬਾਹਰ ਹੈ ਉਹ ਸ਼ੀਸ਼ੇ ਦਾ ਵਰਕ ਹੋ ਜਾਸੀਦਾ ਦਰਵਾਜ਼ਿਆਂ ਦਾ ਲਾਕ ਤਕਰੀਬਨ ਕੰਪਲੀਟ ਨਾ ਸਾਡੀ ਇਸ ਕਿਚਨ ਸਾਨੂੰ ਤੰਗ ਕਰਨਾ ਹੈ ਕਿਉਂ ਆ ਸਾਰਾ ਜਿਹੜਾ ਇਹ ਪਟਨਾ ਪਾਉਣਾ ਪਟ ਕੇ ਤੇ ਇਸ ਅੰਦਰੋਂ ਜਿਹੜੀ ਤਾਰ ਕੋਈ ਇੱਕ ਤਾਰ ਗਲਤ ਹੋ ਗਈ ਨਾ ਬਾਕੀ ਲੱਭਾ ਕਰ ਕਰ ਕੋਈ ਮਸਲਾ ਇਨਸ਼ਾਅੱਲਾ ਉਹ ਵੀ ਜਿਹੜਾ ਇੱਕ ਦੋ ਦਿਨ ਤੱਕ ਠੀਕ ਹੋ ਜਾਸੀਦੀ ਹੁਣ ਸਿਰਫ ਉਹ ਸਾਡੇ ਬਿਜਲੀ ਵਾਲਿਆਂ ਦੀ ਵਜ੍ਹਾ ਤੋਂ ਕੰਮ ਥੋੜ੍ਹਾ ਰਿਹਾ ਹੋਇਆ ਲਾਕ ਜਿਹੜੇ ਨੇ ਇੰਸਟਾਲ ਕੋਈ ਨਹੀਂ ਕਰਾਉਣੇ ਸਿਰਫ ਇਹਨਾਂ ਦੀ ਇਸ ਜਗ੍ਹਾ ਉੱਤੇ ਲਾਕ ਵਗੈਰਾ ਲਵਾ ਛੱਡਣੇ ਲਵਾ ਕੇ ਤੇ ਫੌਰਨ ਹੀ ਨਾਲ ਪਟਾ ਲੈਣੇ ਪਟਾ ਇਸ ਵਜ੍ਹਾ ਉੱਤੋਂ ਲੈਣੇ ਤਾਂ ਕਿ ਜਿਹੜਾ ਉਹ ਇਹਨਾਂ ਦੇ ਉੱਤੇ ਤੁਹਾਨੂੰ ਦੱਸਿਆ ਇਸ ਦਰਵਾਜ਼ੇ ਉੱਤੇ ਸੇਮ ਆਹ ਚੀਜ਼ ਜਿਹੜੀ ਕਿ ਆਹ ਬਾਲਿਆਂ ਨੂੰ ਹੋਈ ਹੋਈ ਹੈ ਆਹ ਵਾਲੀ ਸੇਮ ਇਹ ਚੀਜ਼ ਜਿਹੜੀ ਉਹ ਦਰਵਾਜ਼ਿਆਂ 'ਤੇ ਕਲਰ ਹੋਵੇਗਾ ਇਹ ਬੇਸ ਕਲਰ ਹੈ ਇਹਨਾਂ ਦਰਵਾਜ਼ਿਆਂ ਦਾ ਇਹਨਾਂ ਉੱਤੇ ਆਹ ਪਾਲਿਸ਼ ਵਾਲਾ ਕਲਰ ਉਹ ਸੀ ਮਜ਼ੀਦ ਆ ਕਿਆ ਦਾ ਨਹੀਂ ਵਿਖਾਏ ਇਹ ਇਸ ਜਗ੍ਹਾ ਉੱਤੇ ਜਿਹੜਾ ਉਹ ਵੀ ਆਹ ਪਾਲਿਸ਼ ਵਾਲਾ ਕਲਰ ਉਹ ਸੀ ਦਾ ਇਹ ਤਿੰਨ ਪੁਆਇੰਟ ਹੈ ਕਿ ਤੇ ਇੱਕ ਉਹ ਤੇ ਇੱਕ ਉਸ ਜਗ੍ਹਾ ਉੱਤੇ ਇਹ ਤਿੰਨ ਪੁਆਇੰਟ ਜਿਹੜੇ ਨੇ ਇਹ ਉਹ ਦਰਵਾਜ਼ਿਆਂ ਵਾਲਾ ਕਲਰ ਉਹ ਸੀ ਦਾ ਮਾਸ਼ਾਅੱਲਾ ਉਮੀਦ ਹੈ ਬੜਾ ਪਿਆਰਾ ਬਣ ਸੀ ਦਾ ਤੁਸੀਂ ਦੱਸੋ ਇਹ ਹੁਣ ਠੀਕ ਹੈ ਕਿ ਇਹਦੇ ਉੱਤੇ ਉਹ ਅਸੀਂ ਕਲਰ ਕਰਾ ਲੱਗੇ ਤੇ ਤਾਂ ਇਹ ਪਿਆਰਾ ਬਣ ਸੀ ਆਹ ਦਰਵਾਜ਼ਾ ਸਾਡਾ ਬੈਕਵਰਡ ਹੈ ਪਿਛਲੇ ਜਿਹੜੇ ਵਿਹੜੇ ਨਹੀਂ ਜਾਂਦਾ ਪਿਛਲੇ ਵਿਹੜੇ ਦਾ ਹਾਲੇ ਕੰਮ ਜਿਹੜਾ ਉਹ ਰਹਿੰਦਾ ਹੈ ਮਾਜ਼ਰਤ ਨਾਲ ਮਾਹੌਲ ਜਿਹੜਾ ਉਹ ਖਰਾਬ ਹੈ ਕਿਉਂ ਇਹ ਕਿਉਂ ਨਹੀਂ ਕਰਵਾਇਆ ਕਿਉਂ ਅਸੀਂ ਪਿਛਲੇ ਵਿਹੜੇ ਵਿੱਚ ਜਿਹੜਾ ਉਹ ਇੱਥੇ ਬਣਵਾਉਣੀ ਹੈ ਕਿਚਨ ਇਸ ਜਗ੍ਹਾ ਉੱਤੇ ਕਿਉਂ ਪਿੰਡ ਦਾ ਮਾਹੌਲ ਹੈ ਦੇਸੀ ਝਟਕਾ ਅਗਰ ਕਿਚਨ ਨਾ ਹੋਵੇ ਤਾਂ ਨਿਜ਼ਾਮ ਨਹੀਂ ਚੱਲਦਾ ਬਾਹਰਲੀ ਓਪਨ ਕਿਚਨ ਨਾਲ ਜਿਹੜਾ ਉਹ ਬੜਾ ਸਵਾਦ ਹੁੰਦਾ ਤਾਂ ਕਿ ਜੋ ਗੰਢ ਬਲੂਟ ਹੁੰਦਾ ਉਹ ਕਿਚਨ ਸਾਂਭ ਸਕਦੀ ਹੈ ਅੰਦਰਲੀਆਂ ਕਿਚਨਾਂ ਦੇ ਇਤਨੇ ਸਬਾਬ ਵੀ ਨਹੀਂ ਇਨਸ਼ਾਅੱਲਾ ਜਿਹੜਾ ਉਹ ਇੱਥੇ ਕਿਚਨ ਬਣ ਜਾ ਸੀ ਇਸ ਜਗ੍ਹਾ ਉੱਤੇ ਕੋਈ ਓਜ਼ੀ ਵਗੈਰਾ ਵਾਲਾ ਸਿਸਟਮ ਹੋ ਜਾ ਸੀ ਤਾਂ ਸੇਮ ਉਸ ਸਾਈਡ ਵਾਲ ਵੀ ਜਿਹੜਾ ਇਵੋ ਹੀ ਨਿਜ਼ਾਮ ਹੋ ਜਾ ਸੀ ਤਾਂ ਦੋਵਾਂ ਸਾਈਡ ਵਾਲ ਕਿਚਨਾਂ ਬਣ ਜਾ ਸਕਦੀਆਂ ਨਾਲ ਉਹਦੀ ਦਾ ਕੋਈ ਇੰਤਜ਼ਾਮ ਹੋ ਜਾ ਸੀ ਦਾ ਮਾਸ਼ਾਅੱਲਾ ਜਿਹੜਾ ਇਸ ਕੋਠੀ ਦਾ ਹੋ ਗਿਆ ਇਸ ਮਣੇ ਦਾ ਹਿੱਸਾ ਇੱਥੇ ਕਰਕੇ ਸੈਂਟਰ ਆ ਜਾਂਦਾ ਕੋਠੀ ਦਾ ਇਸ ਤੋਂ ਇੱਦਾਂ ਇੱਦਾਂ ਜਿਹੜਾ ਉਹ ਇੱਕ ਹਿੱਸਾ ਹੋ ਜਾਂਦਾ ਦੂਜੇ ਮਣੇ ਦੂਜਾ ਪੁਰਸ਼ ਹੋ ਜਾਂਦਾ ਆਹ ਚੌਧਰੀ ਸਾਹਿਬ ਸਵੇਰੇ ਦੇ ਉੱਠ ਕੇ ਮੂਨ ਸਹਿ ਕੇ ਮੂਨ ਉੱਠਿਆ ਹੈ ਸੁੱਤਾ ਰਿਹਾ ਸੋਹਣੀ ਗੱਲ ਨਮਾਜ਼ ਪੜ੍ਹਿਆ ਕਰੋ ਬੜੀ ਅੱਛੀ ਚੀਜ਼ ਹੁੰਦੀ ਹੈ ਅੱਲਾ ਪਾਕ ਜਿਹੜਾ ਉਹ ਸਾਰਿਆਂ ਨੂੰ ਦਾਤ ਦੇਵੇ ਪਹਿਲੋ ਮਿਹਨਤ ਫਿਰ ਦਾਨ ਅੱਲਾ ਪਾਕ ਖੈਰ ਕਰੇ ਜਿਹੜੇ ਚੈਨਲ ਨੂੰ ਤਬਾਹੀ ਨਹੀਂ ਆਏ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਆਇੰਦਾ ਦਾ ਜਿਹੜਾ ਵਲਾਗ ਇਸ ਤੋਂ ਵੀ ਇੰਟਰਸਟਿੰਗ ਹੋ ਸਕੇ ਤੁਹਾਡੇ ਜਿਹੜੇ ਸਬਸਕ੍ਰਾਈਬ ਨਾਲ ਬਹੁਤ ਜ਼ਿਆਦਾ ਹੌਸਲਾ ਮਿਲਦਾ ਅਗਰ ਤੁਸੀਂ ਨਹੀਂ ਸਬਸਕ੍ਰਾਈਬ ਕੀਤਾ ਤਾਂ ਫੌਰਨ ਸਬਸਕ੍ਰਾਈਬ ਕਰੋ ਜਿਹੜੇ ਸਟੂਡੈਂਟ ਬੱਚੇ ਨੇ ਜਿਹੜੇ ਸਟੂਡੈਂਟ ਬੱਚੇ ਨੇ ਜਾਂ ਸ਼ਹਿਰੀ ਬੱਚੇ ਨੇ ਉਹ ਲਾਜ਼ਮੀ ਮੇਰੇ ਵਲਾਗ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਪੰਜਾਬੀ ਦੇ ਰੰਗ ਵਿਖਾਏ ਜਾ ਸਕਣ ਕਾਫੀ ਜ਼ਿਆਦਾ ਬੰਦੇ ਮੈਨੂੰ ਆਖਦੇ ਕਿ ਤੂੰ ਉਰਦੂ ਦੇ ਅੰਦਰ ਵਲਾਗ ਕਿਉਂ ਨਹੀਂ ਬਣਾਉਂਦਾ ਤੋ ਭਾਈ ਜਾਨ ਮੈਂ ਉਰਦੂ ਕੇ ਅੰਦਰ ਵੀ ਵਲਾਗ ਬਣਾ ਸਕਤਾ ਹੂੰ ਅੱਛੀ ਤਰ੍ਹਾਂ ਸੇ ਬਣਾ ਸਕਤਾ ਹੂੰ ਬਲਕਿ ਮੁਝੇ ਲਗਤਾ ਕਿ ਮੈਂ ਪੰਜਾਬੀ ਸੇ ਜ਼ਿਆਦਾ ਉਰਦੂ ਮੈਂ ਬਿਹਤਰ ਬਣਾ ਸਕਤਾ ਹੂੰ ਲੇਕਿਨ ਪੰਜਾਬ ਸਾਡਾ ਜਿਹੜਾ ਉਦੇਸ਼ ਹੈ ਪੰਜਾਬੀ ਸਾਡੀ ਜ਼ੁਬਾਨ ਹੈ ਅਤੇ ਆਪਣੀ ਜ਼ੁਬਾਨ ਨੂੰ ਭੁੱਲਣਾ ਨਹੀਂ ਚਾਹੀਦਾ ਮਾਸ਼ਾਅੱਲਾ ਕੋਈ ਨਹੀਂ ਮੈਂ ਉਰਦੂ ਨੂੰ ਬੁਰੀ ਜ਼ੁਬਾਨ ਨਹੀਂ ਕਹਿ ਰਿਹਾ ਉਰਦੂ ਸਾਡੀ ਜਿਹੜੀ ਉਹ ਕੌਮੀ ਜ਼ੁਬਾਨ ਹੈ ਉਰਦੂ ਉੱਤੇ ਵੀ ਅਲਹਮਦੁਲਿਲਾ ਫਖਰ ਹੈ ਬੋਲਣੀ ਚਾਹੀਦੀ ਹੈ ਤਾਂ ਕਿ ਇੰਗਲਿਸ਼ ਵੀ ਬੋਲਣੀ ਚਾਹੀਦੀ ਹੈ ਲੇਕਿਨ ਮੈਂ ਪਿੰਡ ਦੇ ਅੰਦਰ ਆਉਂਦੀ ਇਸ ਵਾਸਤੇ ਮੈਂ ਪੰਜਾਬੀ ਪ੍ਰੈਫਰ ਕਰਦਾ ਕਿਉਂ ਮੇਰੇ ਨਾਲ ਜ਼ਿਆਦਾਤਰ ਜਿਹੜੇ ਦੋਸਤਾਨ ਮਿਲਣੇ ਉਹਨਾਂ ਵੀ ਪੰਜਾਬੀ ਦੇ ਅੰਦਰ ਗੱਲ ਕਰਨੀ ਹੈ ਫਿਰ ਮੈਂ ਕਿਉਂ ਉਰਦੂ ਦੇ ਅੰਦਰ ਉਹਨਾਂ ਨੂੰ ਡਿਸਟਰਬ ਕਰਾਂ ਤਾਂ ਕਿ ਉਹ ਜਿਹੜਾ ਬਾਅਦ ਵਿੱਚ ਤੰਗ ਹੋਣ ਉਰਦੂ ਆਈ ਨਾ ਹੋਵੇ ਕੋਈ ਲਫ਼ਜ਼ ਬੋਲਦਿਆਂ ਬੋਲਦਿਆਂ ਗਲੇ ਵਿੱਚ ਮੇਰੇ ਗਲੇ ਵਿੱਚ ਫਸ ਜਾਵੇ ਜਾਂ ਉਹਨਾਂ ਦੇ ਗਲੇ ਵਿੱਚ ਫਸ ਜਾਵੇ ਵੀਡੀਓ ਅੱਛੀ ਲੱਗੀ ਹੋਵੇ ਲਾਈਕ ਕਰੋ ਸ਼ੇਅਰ ਕਰੋ ਆਹ ਸਾਡੀ ਗੈਲਰੀ ਦੀ ਜਗ੍ਹਾ ਬਣ ਗਈ ਟਹਿਲ ਮਾਸ਼ਾਅੱਲਾ ਲੱਗ ਗਈ ਤੁਸੀਂ ਵੇਖੀ ਜਿਹੜੇ ਰੂਟੀਨ ਵਾਈਜ਼ ਵਲਾਗ ਵੇਖਦੇ ਹੋ ਆਈ ਮੈਂ ਥੋੜ੍ਹਾ ਤੇਜ਼ ਤੇਜ਼ ਵਲਾਗ ਬਣਾ ਰਿਹਾ ਉਸ ਵਾਸਤੇ ਅਗਰ ਕਿਸੇ ਸਮਝ ਨਾ ਆਵੇ ਉਹ ਥੋੜ੍ਹਾ ਅਕਸਰ ਦੁਬਾਰਾ ਪਿੱਛਾ ਕਰਕੇ ਵੇਖ ਲਵਿਆ ਕਿਉਂ ਮੇਰੇ ਖਿਆਲ ਨਾਲ ਕੋਈ ਦੋਸਤ ਆਦਿ ਤੂੰ ਥੋੜ੍ਹਾ ਸਲੋ ਬੋਲਦਾ ਜਾਂ ਕੁਝ ਆਦਿ ਤੇਜ਼ ਬੋਲਦਾ ਲੇਕਿਨ ਮੈਂ ਜਿਹੜਾ ਉਹ ਆਪਣਾ ਨੈਚੁਰਲੀ ਬੋਲ ਸਕਦਾ ਦੋਸਤਾਂ ਦੀਆਂ ਜਾਂ ਕਿਸੇ ਨੂੰ ਕਾਪੀ ਕਰਕੇ ਬੋਲਾਂਗਾ ਤਾਂ ਫਿਰ ਵਲਾਗ ਦੇ ਅੰਦਰ ਉਹ ਮਸਾ ਨਹੀਂ ਕਰਦਾ ਇਸ ਵਾਸਤੇ ਚੈਨਲ ਨੂੰ ਕੀ ਕਰੋ ਸਬਸਕ੍ਰਾਈਬ ਲਾਈਕ ਬੋਲ ਜਾਂਦੇ ਹੋ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਆਪਣਾ ਖਿਆਲ ਰੱਖਿਆ ਜੇ ਦੁਆਵਾਂ ਯਾਦ ਰੱਖਿਆ ਜੇ ਅਸਲਾਮੁ ਅਲੈਕੁਮ ਅੱਲਾ ਹਾਫਿਜ਼